ਸਾਨੂੰ ਅਮਨਦੀਪ ਹੋਸਪਿਟਲ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਰਵਿੰਦਰ ਅਗਰਵਾਲ ਨਾਮ ਦੇ ਵਿਅਕਤੀ ਨੇ ਜਿਨ੍ਹਾਂ ਦੀ ਰੋਡ ਐਕਸੀਡੈਂਟ ਹੋਣ ਕਰਕੇ ਡੈਥ ਹੋ ਗਈ। ਜਦੋਂ ਇਸ ਚੀਜ਼ ਨੂੰ ਅਸੀਂ ਵੈਰੀਫਾਈ ਕੀਤਾ ਤਾਂ ਸਾਨੂੰ ਪਤਾ ਲੱਗਿਆ ਕਿ ਸੈਲੀ ਰੋਡ 'ਤੇ ਇੱਕ ਸਵੇਰੇ ਅੱਜ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਰਵਿੰਦਰ ਅਗਰਵਾਲ ਆਪਣੀ ਡਾਟਰ ਦੇ ਨਾਲ ਸਕੂਟੀ 'ਤੇ ਜਾ ਰਹੇ ਸੀ ਅਤੇ ਉਹਨਾਂ ਨੂੰ ਸਾਈਡ ਤੋਂ ਇੱਕ ਬੁਲਟ ਮੋਟਰਸਾਈਕਲ ਨੇ ਜੋ ਤੇਜ਼ ਰਫ਼ਤਾਰ 'ਤੇ ਆ ਰਿਹਾ ਸੀ ਉਹਨੇ ਹਿੱਟ ਕੀਤਾ। ਦੋਨੋਂ ਹੀ ਜਿਹੜੇ ਪਰਸਨ ਸੀ ਸਕੂਟੀ ਓਨਰ ਅਤੇ ਜਿਹੜੇ ਆਪਣੇ ਬੁਲਟ ਵਾਲੇ ਸੀ ਇਹ ਇੰਜਰਡ ਹੋ ਗਏ ਸੀ ਅਤੇ ਇਹਨਾਂ ਨੂੰ ਹਸਪਤਾਲ ਦਾਖਲ ਕਰਾਤਾ ਸੀ ਜਿੱਥੇ ਕਿ ਜਿਹੜੇ ਰਵਿੰਦਰ ਅਗਰਵਾਲ ਨੇ ਇਹਨਾਂ ਦੀ ਡੈਥ ਹੋ ਗਈ ਹੈ। ਇਸ ਵਿੱਚ ਅਸੀਂ ਜਿਹੜਾ ਬੁਲਟ ਮੋਟਰਸਾਈਕਲ 'ਤੇ ਵਿਅਕਤੀ ਸੀ ਉਹਦੇ ਖਿਲਾਫ਼ ਮੁਕੱਦਮਾ ਰਜਿਸਟਰ ਕਰਕੇ ਅਗਲੀ ਤਫਤੀਸ਼ ਕਰ ਹਾਂਜੀ ਉਹ ਵੀ ਜੇਰੇ ਇਲਾਜ। ਅੱਜ ਸਾਡੇ ਸ਼ਹਿਰ ਪਠਾਨਕੋਟ 'ਚ ਇੱਕ ਬਹੁਤ ਮੰਦਭਾਗੀ ਘਟਨਾ ਘਟੀ ਹੈ। ਸਾਡੇ ਸੁਰਨਕਾਰ ਸਰਾਫਾ ਐਸੋਸੀਏਸ਼ਨ ਦੇ ਸਾਡੇ ਬਹੁਤ ਹੀ ਅੱਛੇ ਸੁਰਨਕਾਰ ਸਰਾਫ ਸ਼੍ਰੀ ਰਵਿੰਦਰ ਅਗਰਵਾਲ ਜੀ ਜਿਹੜੇ ਬਹੁਤ ਹੀ ਨੇਕ ਦਿਲ ਇਨਸਾਨ ਸੀ ਉਹ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਸੈਲੀ ਰੋਡ 'ਤੇ ਪੈਟਰੋਲ ਪੰਪ ਦੇ ਕੋਲ। ਜਿਸ ਤਰ੍ਹਾਂ ਹੀ ਉਹ ਆਪਣੇ ਘਰ ਨੂੰ ਮੁੜਨ ਲੱਗੇ ਹੈ ਇੱਕ ਬਹੁਤ ਹੀ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਹਨਾਂ ਨੂੰ ਟੱਕਰ ਮਾਰਤੀ ਔਰ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋ ਗਿਆ। ਉਹਦੇ ਬਾਅਦ ਅਸੀਂ ਉਹਨਾਂ ਨੂੰ ਅਮਨਦੀਪ ਹੋਸਪਿਟਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਘੋਸ਼ਿਤ ਕਰਤਾ। ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਵੀ ਸੀ ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਵੀ ਸੀ ਜਿਹਨੂੰ ਉਹਨੂੰ ਵੀ ਕਾਫੀ ਸੱਟਿਆਂ ਲੱਗੀਆਂ ਹੋਈਆਂ। ਮੈਂ ਪ੍ਰਸ਼ਾਸਨ ਅੱਗੇ ਮੰਗ ਕਰਾਂਗਾ ਕਿ ਇਹ ਜਿਹੜੇ ਨੌਜਵਾਨ ਇੰਨੀ ਤੇਜ਼ ਮੋਟਰਸਾਈਕਲ ਚਲਾ ਰਹੇ ਜਾਂ ਜਿਹੜੇ ਇੰਨੀ ਤੇਜ਼ ਰਫ਼ਤਾਰ ਵਾਹਨ ਚਲਾ ਰਹੇ ਇਹਨਾਂ 'ਤੇ ਨਕੇਲ ਕਸੀ ਜਾਏ ਤਾਂ ਜੋ ਇੱਦਾਂ ਦੇ ਹਾਦਸੇ ਅੱਗੇ ਭਵਿੱਖ 'ਚ ਨਾ ਵਾਪਰਨ। ਇੱਕ ਇਨਸਾਨ ਦੇ ਜਾਣ ਨਾਲ ਇੱਕ ਪੂਰਾ ਦਾ ਪੂਰਾ ਪਰਿਵਾਰ ਤਬਾਹ ਹੋ ਜਾਂਦਾ। ਉਹਨਾਂ ਦੀ ਬੇਟੀ ਦੀ ਮੈਰਿਜ ਆਉਣ ਵਾਲੇ ਅਕਤੂਬਰ ਮਾਹ ਦੇ ਵਿੱਚ ਸੀ ਅਤੇ ਇਹ ਐਡੀ ਵੱਡੀ ਮੰਦਭਾਗੀ ਘਟਨਾ ਘਟੀ ਹੈ ਕਿ ਸਾਡਾ ਪੂਰਾ ਸਰਾਫਾ ਸੁਣਕਰ ਸੰਘ ਸ਼ੋਕ ਦੇ ਵਿੱਚ ਹੈ ਔਰ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਵੇ।